ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਤਹਿਤ ਬੇਰੁਜ਼ਗਾਰਾਂ ਨੂੰ ਕੰਮ ਦੇਣ ਦੀ ਸਕੀਮ ਚਲਾਈ ਗਈ ਸੀ, ਜਿਸ ਦੇ ਵਿੱਚ ਵੱਡੀ ਤਾਂਦਲ ਦੇਖਣ ਨੂੰ ਮਿਲ ਰਹੀ ਹੈ। ਕੁਝ ਲੋਕ ਨਾਜਾਇਜ਼ ਹਾਜ਼ਰੀਆਂ ਲਗਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਮਾਮਲਾ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕਿ ਮਨਰੇਗਾ ਦੇ ਕੰਮ ਵਿੱਚ ਵੱਡੀ ਤਾਂਦਲ ਹੋ ਰਹੀ ਹੈ। ਦੇਖਣ 'ਚ ਆਇਆ ਹੈ ਕਿ ਇਸ ਸਕੀਮ 'ਚ ਬਹੁਤ ਵੱਡਾ ਗੋਰਖ ਧੰਦਾ ਚੱਲਦਾ ਆ ਰਿਹਾ ਹੈ। ਜੇਕਰ ਪੜਤਾਲ ਕਰਾਈ ਜਾਵੇ ਤਾਂ 70% ਤੋਂ ਜ਼ਿਆਦਾ ਪਿੰਡ ਅਤੇ ਅਧਿਕਾਰੀ ਇਸ ਗੋਰਖ ਧੰਦੇ ਦੇ ਸ਼ਿਕੰਜੇ ਜਾ ਸਕਦੇ ਹਨ। ਇਸ ਸੰਬੰਧੀ ਜਦੋਂ ਮਨਰੇਗਾ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੀ ਨਾਮ ਤੁਹਾਡਾ? ਸਰ, ਮੇਰਾ ਨਾਮ ਜੀਤ ਸਿੰਘ। ਜੀਤ ਸਿੰਘ, ਤੁਸੀਂ ਇੱਥੇ ਦੇਖਿਆ ਸਰ, ਇਹ ਪਿੰਡ ਚਾਂਦੀਵਾਲ ਚੋਂ 75 ਮੰਦਰ ਮਾਸਟਰ ਜਿਹੜਾ ਨਿਕਲਿਆ ਹੋਇਆ ਕਾਗਜ਼ਾਂ ਦੇ ਵਿੱਚ, ਅਤੇ ਜਿਨ੍ਹਾਂ ਦੀ ਅਟੈਂਡੈਂਸ ਹੈ ਇੱਥੇ ਬੰਨ ਅਤੇ ਜਿੱਥੋਂ BSF ਪੋਸਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਜੀ। ਪਰ ਇਸ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦੇ ਦਾ ਮਾਸਟਰ ਕਢਾ ਕੇ ਇਹਨਾਂ ਟੈਂਟਸਾਂ ਜਾਲੀ ਲਾ ਕੇ ਔਨਲਾਈਨ ਕਰਾਇਆ ਬਿਨਾਂ ਕਿਸੇ ਅਫਸਰ ਦੇ ਸਾਈਨਾਂ ਤੋਂ। ਕੋਈ ਇੱਥੇ ਕੰਮ ਨਹੀਂ ਹੋਇਆ। ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ, ਹੀ ਪਿੱਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਹੀ ਉਹ ਕੋਈ ਇੱਥੇ ਕੰਮ ਲੱਗਿਆ, ਅਤੇ ਨਾ ਹੀ ਹੁਣ ਜਿਹੜਾ 75 ਬੰਦੇ ਦਾ ਮਾਸਟਰ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰਮ 'ਤੇ ਨਹੀਂ ਹੈਗਾ ਜੀ। ਨਜਾਇਜ਼ ਆ ਰਿਹਾ ਸਾਨੂੰ ਕੰਮ ਸਰ, ਇੱਥੋਂ ਆ BSF ਪੋਸਟ ਜਿਹੜਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ। ਹਾਂ, ਬੰਨ ਦੀ ਸਫਾਈ ਵਾਸਤੇ ਕੰਮ ਹੈ, ਪਰ ਇੱਥੇ ਤਾਂ ਬੰਨ ਦੀ ਸਫਾਈ ਤਾਂ ਛੱਡੋ, ਇੱਥੇ ਇੱਕ ਤੀਲਾ ਵੀ ਨਹੀਂ ਕਿਸੇ ਨੇ ਪੁੱਟਿਆ ਹੈ। ਹਾਲਾਂਕਿ ਜਿੱਥੇ ਟੈਂਟਸ ਲੱਗਦੀ ਹੈ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ, ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ। ਟੋਟਲ ਕੁੱਲ ਮਿਲਾ ਕੇ 175 ਬੰਦੇ ਦਾ ਕੰਮ ਇੱਥੇ ਚੱਲ ਰਿਹਾ, ਲੇਕਿਨ ਕੰਮ ਇੱਕ ਬੰਦੇ ਦਾ ਵੀ ਇੱਥੇ ਨਹੀਂ ਹੋਇਆ ਜੀ। ਕਿਸ ਤਰ੍ਹਾਂ ਸਰਕਾਰੀ ਬਾਬੂ ਮਿਲੀ? ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰਸ਼ਾਹੀ ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ, ਅਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ, ਅਤੇ ਸਰਕਾਰ ਤਾਂ ਕਹਿੰਦੀ ਕਰਪਸ਼ਨ ਖਤਮ ਕਰਨ ਵਾਸਤੇ, ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ, ਪਰ ਇੱਥੇ ਭ੍ਰਿਸ਼ਟਾਚਾਰ ਤਾਂ ਹੋਰ ਹੀ ਵੱਧ ਰਿਹਾ ਜੀ। ਸਰਕਾਰੀ ਖਜ਼ਾਨੇ ਨੂੰ ਚੂਨਾ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ, ਲੱਖਾਂ ਦਾ ਚੂਨਾ ਲਾ ਰਹੇ ਨੇ ਜੀ। ਅਸੀਂ ਕੰਮ ਚਾਹੁੰਦੇ ਹਾਂ, ਸਾਨੂੰ ਕੰਮ ਨਹੀਂ ਮਿਲਦਾ, ਅਤੇ ਜਿਹੜਾ ਨਜਾਇਜ਼ ਕੰਮ ਚੱਲੀ ਜਾਂਦੇ ਨੇ, ਨਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ। ਹਾਂ ਸਰ, ਇਹਨਾਂ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ, ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ, ਕਿੱਥੇ ਕੰਮ ਹੋਇਆ, ਕਿੰਨਾ ਦੀ ਮਿਲੀ ਭੁਗਤਣਾ ਹੋਇਆ, ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਮੈਂ ਬਗੀਚਾ ਸਿੰਘ, ਸਰਪੰਚ ਚਾਂਦੀਵਾਲਾ। ਪਿੱਛੇ ਜੇ ਹੁਣ ਪੰਚਾਇਤਾਂ ਭੰਗ ਹੋਈਆਂ 29 ਤਰੀਕ ਨੂੰ ਜੀ, 29 ਫਰਵਰੀ ਨੂੰ। ਇਸ ਤੋਂ ਪਹਿਲਾਂ ਵੀ ਮਸਟੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ, ਆਹ ਵੇਖੋ ਜੀ। ਮਸਟੋਲ ਕਿੰਨੇ ਨਿਕਲੇ, ਕਿਵੇਂ ਨਿਕਲੇ? ਮਸਟੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾਂ ਮੋਹਰਾਂ ਤੋਂ ਜੀ, ਮਿਲੀ ਭੁਗਤ ਕਰਕੇ APO ਮੈਡਮ ਨਾਲ ਜੀ। ਹਾਂਜੀ ਹਾਂਜੀ, ਹਾਜ਼ਰੀਆਂ ਔਨਲਾਈਨ ਹੋਏ ਹੋਏ, ਆਹ ਵੇਖੋ ਜੀ 52 ਬੰਦਿਆਂ ਦਾ ਆ ਜੀ, ਜਿਹੜੇ ਕਿ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ, ਕਿਸੇ ਦਾ ਇਹਦੇ ਸੈਨ ਨਹੀਂ, ਨਾ ਸਰਪੰਚ ਦੇ, ਨਾ APO, ਨਾ ਦੂਜਿਆਂ ਦੇ, ਕਿਸੇ ਅਫਸਰ ਦੇ, GRS ਦੇ, ਕਿਸੇ ਦੇ ਵੀ ਨਹੀਂ ਸੈਨ ਹੈ ਜੀ। ਤੇ ਇਹ ਸਰਕਾਰ ਆਪਣੇ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ। ਹਾਂਜੀ ਹਾਂਜੀ, ਮੈਨੂੰ ਪਤਾ ਲੱਗਿਆ ਕਿ ਮਸਟੋਲ ਕੱਢੇ ਹੋਏ, ਤੇ ਮੈਂ ਇੱਥੇ ਵੇਖਣ ਆਇਆ ਚੈੱਕ ਕਰਨ ਵਾਸਤੇ, ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ, ਕਾਗਜ਼ਾਂ 'ਚ ਪਾਏ ਹੋਏ ਜੀ। ਹਾਂਜੀ ਹਾਂਜੀ, ਲੇਬਰ ਦੀ ਹਾਜ਼ਰੀਆਂ ਲੱਗ ਰਹੀਆਂ ਜੀ, ਕੱਲ੍ਹ ਲੱਗੀ ਹੈ ਜੀ। ਹਾਂਜੀ, ਇੱਥੇ ਕੋਈ ਕੰਮ ਨਹੀਂ, ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ, ਕੋਈ ਕੰਮ ਨਹੀਂ ਜੀ। ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ ਖਜ਼ਾਨੇ? ਬਹੁਤ ਤਕੜਾ ਚੂਨਾ ਲੱਗ ਰਿਹਾ ਜੀ ਸਰਕਾਰ ਨੂੰ,
ਤੇ ਸਰਕਾਰ ਤਾਂ ਚਾਹੁੰਦੀ ਏ ਵੀ ਭ੍ਰਿਸ਼ਟਾਚਾਰ ਖਤਮ ਕਰੀਏ, ਪਰ ਆ ਜਿਹੜੇ ਅਫਸਰਸ਼ਾਹੀ ਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੋਣ ਦੇਦੇ, ਨਾ ਹੀ ਹੋਣ ਦੇਣਾ ਇਹਨਾਂ ਨੇ ਜੀ। ਤੁਹਾਡੇ ਵੀ ਨਹੀਂ ਸਹਿਣ ਹੋਏ ਜੀ? ਨਾ ਜੀ ਨਾ, ਨਹੀਂ ਹੋਏ ਜੀ, ਸਾਰੇ ਜਾਲੀ, ਸਾਰੇ ਜਾਲੀ ਜੀ। ਮੈਂ ਤਾਂ ਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ, ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਲੋੜ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ, ਉੱਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨਣ ਤੇ, ਉੱਥੋਂ ਮੇਰਾ ਸਟੋਲ ਨਿਕਲੇ ਗਈ ਕਾਫੀ, ਉੱਥੇ ਕੰਮ ਜਮਾਂ ਨਹੀਂ ਹੋਇਆ ਜੀ, ਨਹੀਂ ਹੋਇਆ ਜੀ। ਤੇ ਸਾਡੇ ਮਸਟ੍ਰੋਲ ਤਾਂ APO ਕੱਢਣ ਹੀ ਨਹੀਂ ਦਿੰਦੀ, ਜੋ ਅਸੀਂ ਡਿਮਾਂਡ ਦੇ ਕੇ ਆਉਂਦੇ ਹਾਂ APO ਮੈਡਮ ਕਹਿੰਦੀ ਐਵੇਂ ਮਸਟ੍ਰੋਲ ਥੋੜ੍ਹਾ ਨਿਕਲਦੇ ਆ, ਤੁਹਾਨੂੰ ਪਤਾ ਹੀ। ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦਾ, ਇਹਨਾਂ ਸਿਆਸੀ ਬੰਦੇ ਨੇ ਤੇ ਕੁਝ ਦੇਣ ਲੈਣ ਕਰਦੇ ਹੋਣੇ ਆ ਜੀ, ਤੇ ਆਪਾਂ ਦੇਣ ਲੈਣ ਕਰੀਦਾ ਨਹੀਂ। ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਹੈ ਜਿਵੇਂ ਪੈਸੇ ਨਿਕਲਦੇ ਮਸਟ੍ਰੋਲ ਉਸ ਤਰ੍ਹਾਂ ਖੜਾਓ। ਮੈਂ ਕਿਹਾ ਕਿਸ ਤਰ੍ਹਾਂ ਖੜਾਈ? ਮੈਂ ਕਿਹਾ ਡਿਮਾਂਡ ਫਾਰਮ ਤੇ, ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਹੋਇਆ ਹੈ, ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ, ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੀ। ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦਿਆਂ ਤੋਂ। APO ਕੌਣ ਹੈ? APO ਮੀਨੂ ਮੈਡਮ ਜੀ, ਮੀਨੂ ਸ਼ਰਮਾ। ਹਾਂਜੀ ਹਾਂਜੀ, ਇਹ ਜੀ ਸਾਰਾ ਅਸੀਂ ਤਾਂ ਕੋਈ ਡਿਮਾਂਡ ਦੇ ਕੇ ਆਈਏ ਜੀ, ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ, ਦੇਦੇ ਨਹੀਂ ਉੱਥੇ, ਪਤਾ ਹੀ ਨਹੀਂ ਹਾਂਜੀ ਚੋਰੀ। ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ, ਅਖਲ GRSA ਉਹਨਾਂ ਨੂੰ ਭੇਜਿਆ ਮੈਡਮ, ਕਹਿੰਦੀ ਵੀ ਨਹੀਂ ਤੁਸੀਂ ਪਿੰਡ ਭਰ ਕੇ ਆਓ। ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ 'ਚ ਉਹ ਵੀ ਨਹੀਂ ਕੱਢਿਆ ਜੀ ਉਹਨੇ APO ਮੈਡਮ ਨੇ। ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿੰਦਾ, MLA ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਨੇ ਜਾਂ ਕੋਈ ਚੂਨਾ ਲਾ ਰਹੇ ਨੇ ਸਰਕਾਰ ਨੂੰ, ਇਹਨਾਂ ਤੇ ਪੂਰਾ ਛਕੰਜਾ ਕੱਸਿਆ ਜਾਵੇ। ਸਰ ਜੀ ਅਸੀਂ ਇੱਥੇ ਪਹੁੰਚੇ ਆ। ਕੀ ਨਾਮ ਕੀ ਤੁਹਾਡਾ? ਰਤਨ ਸਿੰਘ ਸਰ। ਰਤਨ ਸਿੰਘ ਕਿੱਥੋਂ ਦੇ ਰਹਿਣ ਵਾਲੇ? ਪਿੰਡ ਚਾਂਦੀ ਵਾਲੇ ਦੇ ਜੀ। ਤੇ ਕੀ ਕਰਦੇ ਤੁਸੀਂ? ਅਸੀਂ ਮਿਹਨਤ ਮਜ਼ਦੂਰੀ ਕਰਨੇ ਸਰ। ਕਿੱਥੇ ਕਰਦੇ? ਕਿੱਥੇ? ਅਸੀਂ ਜਿੱਥੇ ਸਾਨੂੰ ਮਿਲ ਜਾਵੇ। ਜੇ ਹੁਣ ਸਾਨੂੰ ਪਤਾ ਲੱਗਾ ਵੀ ਅਸੀਂ ਨਰੇਗਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਸਾਨੂੰ ਮਿਲਦਾ ਹੈ ਤੇ ਸਾਨੂੰ ਸਾਡੀਆਂ ਹਾਜ਼ਰੀਆਂ ਵੀ ਐਵੇਂ ਨਜਾਇਜ਼ ਲਾਈ ਜਾਂਦੇ ਨੇ, ਜਦੋਂ ਸਾਡੇ ਪੈਸੇ ਖਾਤੇ 'ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦਿਓ ਜੀ ਅੱਧ ਦੇ ਦਿਓ ਤੁਸੀਂ। ਇੱਥੇ ਕੰਮ ਕਿੱਥੇ ਚੱਲ ਰਿਹਾ? ਇੱਥੇ ਕੰਮ ਜੀ ਹੈਡ ਤੇ ਕਹਿੰਦੇ ਨੇ ਚੱਲ ਰਿਹਾ, ਸਾਨੂੰ ਪਤਾ ਲੱਗਾ ਹੈਡ ਤੇ ਅਸੀਂ ਆਏ ਹਾਂ। ਅਸੀਂ ਵੇਖਿਆ ਰਾਤ ਸਰਪੰਚ ਨੂੰ ਗੱਲ ਕੀਤੀ ਵੀ ਸਰਪੰਚ ਵੀ ਉੱਥੇ ਨਰੇਗਾ ਦਾ ਆਪਣਾ ਕੰਮ ਚੱਲਦਾ ਪਿਆ, ਸਰਪੰਚ ਨੇ ਕਿਹਾ ਵੀ ਚੱਲਦਾ ਪਿਆ ਤਾਂ ਆਪਾਂ ਚੈੱਕ ਕਰ ਲੈਂਦੇ ਹਾਂ ਤੇ ਸਰਪੰਚ ਨੂੰ ਨਾਲ ਲਿਆਂਦਾ, ਕੋਈ ਇੱਥੇ ਬੰਦਾ ਨਹੀਂ। ਕੱਲ 75 ਬੰਦੇ ਸ਼ਾਮ ਨੂੰ ਹਾਜ਼ਰੀ ਲੱਗੀ ਏ, ਸਭ ਗਲਤ ਕੰਮ ਹੋ ਰਹੇ ਨੇ ਸਰ। ਸਾਨੂੰ ਸਾਨੂੰ ਤਾਂ ਸਾਡਾ ਹੱਕ ਮਿਲਣਾ ਚਾਹੀਦਾ, ਜਿਹੜਾ ਹੋ ਦਿਨ ਸਾਨੂੰ ਮਿਲਦਾ ਹੈ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਹਾਂਜੀ ਹਾਂ, ਬੂਟੇ ਝਾੜੀਆਂ ਸਭ ਉਵੇਂ ਖੜੀਆਂ ਨੇ, ਕੋਈ ਇੱਥੇ ਤੇਲਾ ਵੀ ਟੁੱਕ ਹੋਇਆ। ਕਾਗਜ਼ਾਂ 'ਚ 100 ਬੰਦੇ ਦਾ ਮਸਟੋਲ ਪਹਿਲਾਂ ਇਹਨਾਂ ਕਢਾ ਲਿਆ ਤੇ 75 ਦਾ ਹੁਣ ਚੱਲਦਾ ਪਿਆ, ਜਿਹੜਾ ਕੱਲ 5 ਤਰੀਕ ਨੂੰ ਹਾਜ਼ਰੀ ਲੱਗੀ ਏ। ਸਰਕਾਰ ਨੂੰ ਤਾਂ ਹੁਣ ਬਹੁਤ ਲੱਖਾਂ ਰੁਪਈਆਂ ਦਾ ਚੂਨਾ ਲਾ ਰਹੇ ਨੇ ਅਫਸਰ ਸ਼ਾਹੀ। ਇਹਨਾਂ ਨੇ ਹੁਣ ਜਦੋਂ ਮਾੜੇ ਬੰਦੇ ਨੂੰ ਕੰਮ ਦੇਣਾ ਨੀ, ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ, ਖਾਤੇ 'ਚ ਆਉਂਦੇ ਨੇ, ਉਹ ਅੱਧ ਚੁੱਪ ਕਰਕੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਏ। ਤੇ ਗਰੀਬ ਬੰਦੇ ਧੱਕੇ ਖਾਂਦੇ ਫਿਰਦੇ ਨੇ, ਚੱਲੋ ਜੀ ਸਰੋਂ ਵੱਢਣ ਰਾਜਸਥਾਨ, ਚੱਲੋ ਜੀ ਛੋਲੇ ਵੱਢਣ ਰਾਜਸਥਾਨ। ਇੱਥੇ ਲੇਬਰ ਕੋਈ ਨੀ, ਇੱਥੇ ਲੇਬਰ ਹਰ ਕੰਮ ਹੀ ਕੋਈ ਨੀ ਤੁਹਾਡੇ ਵਾਸਤੇ, ਕਾਗਜ਼ਾਂ 'ਚ ਪਾਈ ਜਾਂਦੇ ਨੇ। ਹਾਂਜੀ।
ਆ ਵੇਖ ਲੋ ਮਸਟੋਲ ਪਾਏ 100 ਬੰਦੇ ਦਾ ਮਸਟੋਲ ਮੰਗ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਵਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ। ਹਾਂ ਜਾਇਜ਼ ਕੰਮ ਹੋਣੇ ਚਾਹੀਦੇ ਇਹਨਾਂ ਨੇ। ਹਾਂ ਇੱਥੇ ਮੌਕੇ ਤੇ ਬੰਦੇ ਜੋ ਕੰਮ ਕਰੇ ਮੌਕੇ ਤੇ ਬੰਦਾ ਹੋਵੇ। ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜਾ ਮਨਰੇਗਾ ਦਾ ਕੰਮ ਚੱਲ ਰਿਹਾ ਉਹਦੇ ਚ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ? ਹਾਂਜੀ ਸਾਡੀ ਟੀਮ ਆ, ਅਸੀਂ ਮੌਕੇ ਤੇ ਚੈਕਿੰਗ ਕਰਦੇ ਆ, ਰੂਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ। ਕੁਛ ਜਿਹੜੇ ਜਾਲੀ ਮਸਟੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ, ਆਨਲਾਈਨ ਵੀ ਕੀਤੀ, ਉਹਨਾਂ ਬਾਰੇ ਕੀ ਰਿਪੋਰਟ ਬਣਾ ਦਿੱਤੀ? ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ, ਉਹ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ। ਇਟ ਵਿਲ ਟੇਕ ਸਮ ਟਾਈਮ। ਇਹਦੀ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਇਰੀ ਕਰਦੇ, ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹ 'ਤੇ ਅਸੀਂ ਕਾਰਵਾਈ ਵੀ ਕਰਾਂਗੇ। ਅਤੇ ਮਨਰੇਗਾ ਦਾ ਜਿਹੜਾ ਕੰਮ ਚੱਲ ਰਿਹਾ ਉੱਥੇ ਵੀ ਹਾਜ਼ਰੀਆਂ ਲਾਈਆਂ ਜਾ ਰਹੀਆਂ, ਬੰਦੇ ਤਾਂ ਉੱਥੇ ਹਾਜ਼ਰ ਨਹੀਂ ਕੋਈ ਵੀ? ਦੇਖੋ ਜੀ ਇਹ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ, ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਉਂਦੀ ਹੈ ਸਾਡੀ, ਉਹ ਉਸ ਚੀਜ਼ ਦਾ ਕੰਮ ਨਹੀਂ ਹੋਇਆ ਉਹ ਸਾਡਾ ਜੇਈ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ, ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ, ਭਰੋਸਾ ਹੋਣਾ ਅਸੀਂ ਕਾਰਵਾਈ ਕਰਾਂਗੇ। ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ, ਜਿਵੇਂ ਪੇਮੈਂਟ ਖਾਤਿਆਂ 'ਚ ਚਲੀ ਜਾਣੀ, ਕਈ ਲੱਖਾਂ ਖਾਤਿਆਂ 'ਚ ਜਿਹੜੇ ਚਲੇ ਜਾਂਦੇ ਕੰਮਾਂ ਦੇ, ਉਹਦੇ ਬਾਰੇ ਕੀ ਜਾਂਚ ਕਰੋਗੇ? ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਉਹਦੀ ਅਸੀਂ ਜਾਂਚ ਕਰਾਂਗੇ, ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬਣਦੀ ਰਿਕਵਰੀ ਉਹ ਵੀ ਕੀਤੀ ਜਾਊਗੀ। ਕਾਰਵਾਈ ਵੀ ਹੋਊਗੀ, ਜਿਹੜੀ ਰਿਕਵਰੀ ਬਣਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ। ਜਿਹੜੇ ਮਸਟੋਲ ਵੀ ਹੁਣ ਕੱਢੇ ਜਾ ਰਹੇ ਬਿਨਾਂ ਸਾਈਨਾਂ ਤੋਂ, ਉਹਨਾਂ ਬਾਰੇ ਕੀ ਕਰ ਰਹੇ? ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਇਹ ਗੱਲ ਆਈ ਬਿਨਾਂ ਸਾਈਨਾਂ, ਜਿਹੜੇ ਮਸਟੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲਾਕ ਪੱਧਰ ਤੋਂ ਉਹਦੀ ਜ਼ਿਆਦਾ ਜਿਹੜੀ ਕਲੋਜ਼ਲੀ ਮਾਈਕਰੋ ਮੋਨੀਟਰਿੰਗ ਬਲਾਕ ਲੈਵਲ ਤੋਂ ਕੀਤੀ ਜਾਂਦੀ, ਕਿਉਂਕਿ ਸਾਰਾ ਸਟਾਫ ਹੈ ਨਾ ਜਿਹੜਾ ਬਲਾਕ 'ਤੇ ਬੈਠਦਾ, ਜਿਹੜੇ ਮਸਟੋਲ ਜਾਰੀ ਕਰਾਉਂਦੇ ਆ ਜਾਂ ਹਾਜ਼ਰੀ ਲਾਉਂਦੇ ਉਹ ਸਾਰੇ ਬਲਾਕ 'ਤੇ ਹੀ ਬੈਠਦੇ ਆ। ਅਸੀਂ ਤਾਂ ਇੱਥੋਂ ਰੂਟੀਨ ਵਾਈਜ਼ ਚੈਕਿੰਗ ਕਰਦੇ ਹਾਂ, ਜਾਂ ਕੋਈ ਸ਼ਿਕਾਇਤ ਸਾਡੇ ਕੋਲ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਹਾਂ। ਜ਼ਿਆਦਾਤਰ ਇਹ ਸਾਰਾ ਮੋਨੀਟਰ ਕਰਨਾ ਸਾਡਾ ਜਿਹੜਾ ਬਲਾਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸਵਾਨ ਉਹ ਦੇਖਦੇ ਸਾਰਾ ਮੈਟਰ। ਕਿਉਂਕਿ ਇਸ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ, ਉਹਦੇ ਬਾਰੇ ਵੀ ਕੋਈ ਪੜਤਾਲ ਕੀਤੀ? ਦੇਖੋ ਜੀ ਜਿੱਦਾਂ ਕੋਈ ਸ਼ਿਕਾਇਤ ਆਉਂਦੀ ਆ ਸਤਿਆਨ ਜੀ, ਉਹਦੇ 'ਤੇ ਅਸੀਂ ਕਾਰਵਾਈ ਕਰਾਂਗੇ, ਪੜਤਾਲ ਵੀ ਕਰਾਂਗੇ। ਕੋਈ ਕਾਰਵਾਈ ਵੀ ਕੀਤੀ ਅਜੇ ਤੱਕ? ਕਾਰਵਾਈ ਚੱਲ ਰਹੀ ਹੈ ਜੀ, ਇਨਕੁਆਇਰੀ ਚੱਲ ਰਹੀ, ਜੋ ਇਨਕੁਆਇਰੀ 'ਚ ਸਾਹਮਣੇ ਆਊਗਾ ਉਹਦੇ 'ਤੇ ਕਾਰਵਾਈ ਕਰਾਂਗੇ ਨਾ। ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜਿਸ ਮੈਟਰ ਦੀ, ਉਹ ਸਾਡੇ ਮਾਮਲਾ ਹੀ ਕੱਲ੍ਹ ਪਰਸੋਂ ਧਿਆਨ 'ਚ ਆਇਆ, ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ, ਮੌਕਾ ਵੀ ਵੇਖ ਰਹੇ ਹਾਂ। ਮਹਿਕਮਾ ਕਰ ਰਿਹਾ, ਉਹਦੇ ਕੋਈ ਕਾਰਵਾਈ ਕੀਤੀ ਜਾਏਗੀ? ਕਾਰਵਾਈ ਹਲੇ ਰਿਪੋਰਟ ਬਣ ਰਹੀ ਹੈ ਨਾ ਜੀ, ਹਲੇ ਇਨਕੁਆਇਰੀ ਹੋ ਰਹੀ ਹੈ, ਜਦੋਂ ਇਨਕੁਆਇਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ 'ਤੇ ਪਹੁੰਚਾਂਗੇ, ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ। ਕਾਰਵਾਈ ਕੀਤੀ ਜਾਏਗੀ? ਕਾਰਵਾਈ ਸ਼ੁਰੂ ਕੀਤੀ ਹੈ, ਪੜਤਾਲ ਸ਼ੁਰੂ ਕਰਤੀ, ਉਹ ਕਾਰਵਾਈ ਹੈ। ਹਾਂਜੀ।